आज सरकार और थोड़ी ऊंची बोली, सरकार और किसान संगठनों के बीच बहुत ही अच्छे माहौल में सकारात्मक चर्चा हुई है, पॉजिटिव चर्चा हुई है और किसान संगठनों ने जिन विषयों पर ध्यान आकृष्ट कराया है संज्ञान में लेते हुए विस्तार पूर्वक चर्चा को हमने करते हुए अगली तिथि रविवार को शाम 6 बजे के लिए फिर से आगे की चर्चा को जारी रखेंगे। ये जो माहौल है, क्योंकि हमारा मानना है कि हम सब मिलकर के शांतिपूर्ण ढंग से समाधान ढूंढेंगे, उसी की एक पहल और इस बात के लिए कि हमारे सीनियर मिनिस्टर पीयूष जी और नित्यानंद जी के उपस्थिति में हुई है और मैं इसे बहुत सकारात्मक मानता हूं। आज बहुत लंबी चौड़ी गलबात किसान संगठनों च ते केंद्र सरकार च हुई है, तीसरी मीटिंग है एक हफ्ते दे विच, क्योंकि पंजाब दा किसान सब तो वध प्रभावित है, अंदोलित है, इसलिए मेरा फर्ज बनता सी कि मैं पंजाब दे मुखिया होने के नाते अपने लोगों के वकील के तौर पर इत्थे आवां। हर विषय ते जानी कि हर टॉपिक ते बहुत डिटेल च गल हुई है, ये गल मैनू कहण दी लोड़ नहीं तुहानू कि किन्ना चिर गल हुई है, क्योंकि तुसी भी उन्ने चिर तो ही बाहर वेट कर रहे हो। सवेर दा 1:30 बज गया, 7:30 बजे दे बैठे हाँ, उत्थे कोई असी गप्पां नहीं मार रहे सी, बहुत ही गंभीर विषयां ते नाल नाल केंद्र सरकार नाल की हो सकता है की नहीं हो सकता विषयां ते गल हुई, बहुत पॉजिटिव गल हुई, पॉजिटिव गल हुई है। जो पंजाब सरकार नाल संबंधित विषय ने, जिवें कि सेंटर सरकार ने साडे 3 जिलों दे विच, संगरूर जिहदे विच खनौरी आउंदा बॉर्डर आउंदा, पटियाला जी शंभू भी आउंदा, एक अपना फतेहगढ़ साहब, सेंटर सरकार ने चिट्ठी कढ के, क्योंकि उन्हां दे अधीन आ जांदा है, उन्होंने साडा इंटरनेट बंद कराता, बच्चों के पेपर ने, मैं गल अज मुद्दे उठाया, मैं बच्चों के पेपर शुरू हो गया अज तो, ऑनलाइन पढ़ाइया ने अजकल, बच्चों का की कसूर है? तो तुसीं साडे जिले इधरले क्यों बंद करते, जबकि किसान जिहड़े ने वह बार्डर ते ही बैठे ने, कोई इदां दी गल नहीं हैगी। सो मैं कहा भी तुसीं साडे वाले पासे आ के ड्रोन जिहड़ा है वो एडे एडे शैल सिट जांदा, किसानां ने दिखाए भी ने,
ਕਿ ਇਹ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਵਿਤਕਰਾ ਨਾ ਕਰੋ ਜਾਂ ਵਰਤਾਰਾ ਨਾ ਕਰੋ। ਹੁਣ ਅਗਲੇ ਮੀਟਿੰਗ ਜਿਹੜੀ ਹੈ ਐਤਵਾਰ ਨੂੰ, ਯਾਨੀ ਕਿ ਅੱਜ ਫਰਾਈਡੇ ਤਾਂ ਹੋ ਗਿਆ, ਅੱਜ ਸ਼ੁੱਕਰਵਾਰ ਤਾਂ ਹੋ ਗਿਆ, ਕਿਸਾਨ ਸੰਗਠਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੇਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਯੂਨੀਅਨਾਂ ਦੇ ਸੰਗਠਨ ਦੇ ਸਾਥੀ। ਪਰਸੋਂ ਯਾਨੀ ਕਿ ਪਰਸੋਂ ਨੂੰ ਕਹਿ ਸਕਦਾ, ਯਾਨੀ ਕਿ ਸੰਡੇ ਨੂੰ ਸ਼ਾਮ ਨੂੰ ਫਿਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ 3 ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ, ਸਾਹਮਣੇ ਕਿਸਾਨ ਬੈਠੇ ਨੇ, ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਵਿੱਚ ਖੜੂੰਗਾ, ਦੱਸੋ ਕੀ ਕਰਨਾ। ਜੇ ਸਟੇਟ ਦਾ ਕੋਈ ਮਸਲਾ ਆਉਂਦਾ ਮੈਂ ਉਹਦੀ ਜ਼ਿੰਮੇਵਾਰੀ ਲਊਂਗਾ ਕਿ ਮੈਂ ਠੀਕ ਕਰੂੰਗਾ ਇਹ। ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ, ਹੋਰ ਵੀ ਹਜੇ ਰਹਿੰਦੇ ਨੇ, ਉਹਨਾਂ ਤੇ ਵੀ ਬਣੂਗੀ। ਪਰ ਹਾਂ, ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ, ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ, ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਨੇ ਤਾਂ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ, ਰੱਖੀ ਵੀ ਹੈ ਉਹਨਾਂ ਨੇ। ਔਰ ਮੈਂ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉੱਥੇ, ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ, ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ, ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ, ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ, ਮੈਂ ਜਿਹੜੇ ਅਥਰੂ ਗੈਸ ਦੇ ਗੋਲਿਆਂ ਮੂਹਰੇ ਜਾਂ ਵਾਟਰ ਕੈਨਾਂ ਮੂਹਰੇ ਨਹੀਂ ਡਾਉਣਾ ਚਾਹੁੰਦਾ, ਪਰ ਟਾਈਮ ਲੱਗ ਗਿਆ, ਗੱਲਬਾਤ ਨੂੰ ਨਹੀਂ ਨਿਪਟ ਸਕੀ। ਪਰ ਅੱਜ ਪੋਜ਼ਿਟਿਵ ਮੂਡ 'ਚ, ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ, ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ, ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਹੈ ਉਹਦੀ ਇਮੀਡੀਏਟਲੀ ਅਸੀਂ DGP ਸਾਹਿਬ ਨੂੰ ਕਹਿਤਾ, ਕੋਈ ਇੱਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਉਹ ਅਸੀਂ ਹੱਲ ਕਰ ਦਾਂਗੇ, ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਹਰ ਰੋਜ਼ ਮਿਲਦੇ ਹੀ ਰਹਿੰਦੇ ਹਾਂ ਯੂਨੀਅਨਾਂ ਨੂੰ, ਅਸੀਂ ਤਾਂ ਆਪਸ 'ਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਬਿਹੇਵ ਨਾ ਕਰੇ ਕਿ ਸਾਡੀ ਜੁਡੀਸ਼ਰੀ ਜਿਹੜੀ ਜੁਰੀਡਿਕਸ਼ਨ 'ਚ ਆ ਕੇ ਉਹ ਗੋਲੇ ਸੁੱਟਦੇ ਨੇ, ਵੱਡੀਆਂ ਗੋਲੀਆਂ ਜਾਂ ਕੁਛ ਉਹਨਾਂ ਨੇ ਖੋਲ ਹੋਰ ਵੀ ਦਿਖਾਏ ਨੇ ਵੱਡੇ ਵੱਡੇ। ਸੋ ਇਹ ਇਸ ਤਰ੍ਹਾਂ ਨਾ ਕਰੋ, ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਛ, ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਹਾਂ, ਪੰਜਾਬੀਆਂ ਨਾਲ ਹਾਂ, ਕਸਟੋਡੀਅਨ ਹੋਣ ਦੇ ਨਾਤੇ। ਪਰ ਹਾਂ, ਲਾਅ ਐਂਡ ਆਰਡਰ ਅਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ। ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ ਕਿ ਸਾਡੇ ਕੋਲ ਤੇਲ ਦੀ ਕਮੀ ਆ ਜੇ, ਸਾਡੇ ਕੋਲ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ, ਸਬਜ਼ੀਆਂ ਚਲੋ ਅਸੀਂ ਆਪ ਹੀ ਪੈਦਾ ਕਰਦੇ ਹਾਂ, ਸਾਡੇ ਕੋਲ ਕੋਈ ਇਹੋ ਜਿਹੇ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ, ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ। ਇਸ ਗੱਲ ਲਈ ਮੈਂ ਅਸ਼ੋਰਟੀ ਵੀ ਦਵਾਈ ਹੈ ਉਹਨਾਂ ਨੂੰ, ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਗਠਨ ਨੇ ਕਿਹਾ ਕਿ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਾਂਤੀਪੂਰਵਕ ਅੰਦੋਲਨ ਚੱਲੂਗਾ, ਉਧਰੋਂ ਵੀ ਸ਼ਾਂਤੀ ਰਹੂਗੀ। ਐਤਵਾਰ ਨੂੰ ਅਗਲੀ ਮੀਟਿੰਗ।